प्यारे बच्चों आओ ਆਪਾਂ ਕਰਦੇ ਹਾਂ ਨੈਸ ਅਭਿਆਸ 48 ਜਮਾਤ ਪੰਜਵੀਂ ਵਿਆਸ਼ੀਰ ਦਾ ਪਾਠ ਨੰਬਰ 2 ਜਾਂ ਭਾਗ ਨੰਬਰ 2 ਭਾਗ 2 ਬੱਚਿਓ ਇਸ ਵਿੱਚ ਵੀ ਸਾਨੂੰ ਇੱਕ ਕਹਾਣੀ ਦਿੱਤੀ ਗਈ ਹੈ ਕਹਾਣੀ ਦਾ ਨਾਮ ਹੈ ਅਨੋਖਾ ਤਰੀਕਾ ਆਓ ਸਭ ਨੂੰ ਪਹਿਲਾਂ ਪੜ੍ਹਦੇ ਹਾਂ ਕਹਾਣੀ ਬਹੁਤ ਪੁਰਾਣੀ ਗੱਲ ਹੈ ਇੱਕ ਵਪਾਰੀ ਦੇ ਘਰ ਚੋਰੀ ਹੋ ਗਈ ਵਪਾਰੀ ਰਾਜਾ ਕ੍ਰਿਸ਼ਨਦੇਵ ਰਾਏਕੋਲ ਗਿਆ ਅਤੇ ਚੋਰੀ ਦੇ ਬਾਰੇ ਦੱਸਿਆ ਰਾਜੇ ਨੇ ਆਪਣੇ ਸਭ ਤੋਂ ਬੁੱਧੀਮਾਨ ਮੰਤਰੀ ਤੇਨਾਲੀ ਰਾਮ ਨੂੰ ਸਮੱਸਿਆ ਹੱਲ ਕਰਨ ਲਈ ਕਿਹਾ ਤੇਨਾਲੀ ਰਾਮ ਨੇ ਵਪਾਰੀ ਦੇ ਸਾਰੇ ਨੌਕਰਾਂ ਅਤੇ ਮਿੱਤਰਾਂ ਨੂੰ ਬੁਲਾਇਆ ਅਤੇ ਸਾਰਿਆਂ ਨੂੰ ਇੱਕ-ਇੱਕ ਸੋਟੀ ਦਿੱਤੀ ਸਾਰੀਆਂ ਸੋਟੀਆਂ ਦੀ ਲੰਬਾਈ ਇੱਕੋ ਜਿਹੀ ਸੀ ਹੁਣ ਤੇਨਾਲੀ ਰਾਮ ਨੇ ਕਿਹਾ ਹੁਣ ਤੁਸੀਂ ਇਹਨਾਂ ਸੋਟੀਆਂ ਨੂੰ ਆਪਣੇ-ਆਪਣੇ ਕਰ ਲੈ ਜਾਓ ਅਤੇ ਕੱਲ ਸਵੇਰੇ ਇਹਨਾਂ ਸੋਟੀਆਂ ਨੂੰ ਵਾਪਸ ਲੈ ਆਉਣਾ ਇਹਨਾਂ ਸੋਟੀਆਂ ਵਿੱਚ ਇੱਕ ਅਨੋਖੀ ਗੱਲ ਹੈ ਕਿ ਇਹ ਚੋਰ ਕੋਲ ਜਾ ਕੇ ਇੱਕ ਉਂਗਲ ਤੱਕ ਆਪਣੇ ਆਪ ਵੱਧ ਜਾਂਦੀਆਂ ਹਨ ਜੋ ਚੋਰ ਨਹੀਂ ਹੁੰਦਾ ਉਸ ਦੀ ਸੋਟੀ ਨਹੀਂ ਵੱਦੀ ਹੈ ਅਤੇ ਨਾ ਹੀ ਕੱਟਦੀ ਹੈ ਇਸ ਤਰ੍ਹਾਂ ਮੈਂ ਅਸਲੀ ਚੋਰ ਦੀ ਪਛਾਣ ਕਰ ਲੈਂਦਾ ਹਾਂ ਸਾਰੇ ਜਣੇ ਇੱਕ ਇੱਕ ਸੋਟੀ ਲੈ ਕੇ ਆਪਣੇ ਆਪਣੇ ਘਰ ਚਲੇ ਗਏ। ਉਹਨਾਂ ਵਿੱਚ ਵਪਾਰੀ ਦੇ ਘਰ ਚੋਰੀ ਕਰਨ ਵਾਲਾ ਚੋਰ ਵੀ ਸੀ। ਘਰ ਪਹੁੰਚ ਕੇ ਉਸਨੇ ਸੋਚਿਆ ਜੇਕਰ ਕੱਲ ਨੂੰ ਮੇਰੀ ਸੋਟੀ ਇੱਕ ਉਂਗਲ ਵੱਡੀ ਨਿਕਲੀ ਤਾਂ ਉਹ ਮੈਨੂੰ ਫੜ ਲੈਣਗੇ। ਫਿਰ ਪਤਾ ਨਹੀਂ ਉਹ ਕੀ ਸਜ਼ਾ ਦੇਣਗੇ। ਇਸ ਲਈ ਕਿਉਂ ਨਾ ਇਸ ਅਨੋਖੀ ਸੋਟੀ ਨੂੰ ਇੱਕ ਉਂਗਲੀ ਦੇ ਬਰਾਬਰ ਕੱਟ ਦਿੱਤਾ ਜਾਵੇ। ਚੋਰ ਨੇ ਇਸ ਤਰ੍ਹਾਂ ਹੀ ਕੀਤਾ। ਫਿਰ ਉਸਨੇ ਸੋਟੀ ਨੂੰ ਘਸਾਕ-ਸਾ ਕੇ ਇਸ ਤਰ੍ਹਾਂ ਕਰ ਦਿੱਤਾ ਕਿ ਪਤਾ ਨਾ ਲੱਗੇ ਕਿ ਸੋਟੀ ਕੱਟੀ ਗਈ ਹੈ ਸਵੇਰੇ ਉਹ ਸੋਟੀ ਲੈ ਕੇ ਖੁਸ਼ੀ-ਖੁਸ਼ੀ ਰਾਜੇ ਕੋਲ ਪਹੁੰਚਿਆ ਤੇਨਾਲੀ ਰਾਮ ਇੱਕ-ਇੱਕ ਕਰਕੇ ਸੋਟੀਆਂ ਦੇਖਣ ਲੱਗਾ ਜਦੋਂ ਉਸਨੇ ਚੋਰ ਦੀ ਸੋਟੀ ਦੇਖੀ ਤਾਂ ਉਹ ਇੱਕ ਉਂਗਲ ਛੋਟੀ ਨਿਕਲੀ ਮਜੇਸੀ ਅਜਿਹੀ ਕਹਾਣੀ ਆਪ ਦੇਖਦੇ ਹਾਂ ਪ੍ਰਸ਼ਨ ਚੋਰਾ ਨੂੰ ਲੱਭਣ ਲਈ ਤੇਨਾਲੀ ਰਾਮ ਨੇ ਕਿਸ ਨੂੰ ਬੁਲਾਇਆ ਬੱਚੇ ਆਪਸ਼ਨਾਂ ਰਾਜੇ ਨੂੰ ਰਾਜੇ ਤੇ ਵਪਾਰੀ ਨੂੰ ਵਪਾਰੀ ਤੇ ਨੌਕਰੀ ਨੂੰ ਨੌਕਰ ਨੂੰ ਵਪਾਰੀ ਦੇ ਸਾਰੇ ਨੌਕਰਾਂ ਤੇ ਦੋਸਤਾਂ ਨੂੰ ਬੱਚਿਓ ਰਾਈਟ ਆਨਸਰ ਆ ਵਪਾਰੀ ਦੇ ਸਾਰੇ ਨੌਕਰਾਂ ਤੇ ਦੋਸਤਾਂ ਨੂੰ ਆਪਸ਼ਨ ਸ ਸ ਰਾਜਾ ਨੇ ਤਨਾਲੀ ਰਾਮ ਨੂੰ ਚੋਰ ਲੱਭਣ ਲਈ ਕਿਉਂ ਕਿਹਾ ਬੱਚਿਓ ਆਪਸ਼ਨ ਆ ਰਾਜਾ ਤਨਾਲੀ ਰਾਮ ਨੂੰ ਪਸੰਦ ਕਰਦਾ ਸੀ ਤਨਾਲੀ ਰਾਮ ਨੂੰ ਚੋਰ ਦੇ ਬਾਰੇ ਵਿੱਚ ਪਤਾ ਸੀ ਤਨਾਲੀ ਰਾਮ ਕੋਲ ਜਾਦੂ ਵਾਲੀਆਂ ਛੋਟੀਆਂ ਸਨ ਤੇਨਾਲੀ ਰਾਮ ਸਭ ਤੋਂ ਬੁੱਧੀਮਾਨ ਮੰਤਰੀ ਸੀ ਬੱਚੇ ਰਾਈਟ ਆਨਸਰ ਆ ਤੇਨਾਲੀ ਰਾਮ ਸਭ ਤੋਂ ਬੁੱਧੀਮਾਨ ਮੰਤਰੀ ਸੀ ਆਪਸ਼ਨ ਸਸਾ ਇਸ ਅਨੋਖੀ ਸੋਟੀ ਨੂੰ ਇੱਕ ਉਂਗਲ ਦੇ ਬਰਾਬਰ ਕੱਟ ਦਿੱਤਾ ਜਾਵੇ ਇਸ ਵਾਕ ਵਿੱਚ ਅਨੋਖੀ ਦਾ ਅਰਥ ਕੀ ਹੈ ਬੱਚੇ ਆਪਸ਼ਨ ਆ ਟੁੱਟੀ ਹੋਈ ਵੱਡੀ ਵਿਸ਼ੇਸ਼ ਜਾਂ ਪੁਰਾਣੀ ਔਰ ਬੱਚੇ ਰਾਈਟ ਆਨਸਰ ਆ ਸਾਡਾ ਵਿਸ਼ੇਸ਼ অপশন ইডি। ਆਪ ਦੇਖਦੇ ਆਂ ਕੁਐਸਚਨ ਨੰਬਰ 9 ਸਵੇਰੇ ਚੋਰ ਸੋਟੀ ਲੈ ਕੇ ਖੁਸ਼ੀ-ਖੁਸ਼ੀ ਰਾਜੇ ਕੋਲ ਪਹੁੰਚਿਆ। ਇਸ ਵਾਕ ਵਿੱਚ ਕਿਰਿਆ ਸ਼ਬਦ ਕਿਹੜਾ ਹੈ? ਬੱਚਿਓ ਕਿਰਿਆ ਸ਼ਬਦ ਕੀ ਹੁੰਦਾ? ਜਿਸ ਵਿੱਚ ਕਿਸੇ ਕੰਮ ਦੇ ਹੋਣ ਬਾਰੇ ਪਤਾ ਲੱਗੇ ਜਾਂ ਉਹ ਸ਼ਬਦ ਜਿਸ ਤੋਂ ਕੋਈ ਕੰਮ ਹੋਣ ਬਾਰੇ ਪਤਾ ਲੱਗੇ ਔਰ ਉਹ ਕਿਰਿਆ ਸ਼ਬਦ ਹੁੰਦਾ ਹੈ। ਇਦੀ ਵਿੱਚ ਕੀ ਆ ਪਹੁੰਚਣ ਦਾ ਕੰਮ ਹੋ ਰਿਹਾ ਸੋ ਸਾਡਾ ਜਿਹੜਾ ਕਿਰਿਆ ਸ਼ਬਦ ਹੋਏਗਾ ਉਹ ਕੀ ਹੋਏਗਾ ਪਹੁੰਚਿਆ ਆਪਸ਼ਨ ਨੰਬਰ ਉੜਾ ਕੁਐਸਚਨ ਨੰਬਰ 10 ਕਹਾਣੀ ਦੇ ਅੰਤਿ ਕੀ ਹੋਇਆ ਸੋਟੀਆਂ ਨਾਪੀਆਂ ਗਈਆਂ ਚੋਰ ਫੜਿਆ ਗਿਆ ਇੱਕ ਹੋਰ ਚੋਰੀ ਹੋ ਗਈ ਚੋਰ ਡਰਿਆ ਹੋਇਆ ਸੀ ਅਚੋ ਕਹਾਣੀ ਦੇ ਅੰਤ ਵਿੱਚ ਕੀ ਸੀਗਾ ਜਿਹੜਾ ਚੋਰ ਸੀਗਾ ਉਹ ਫੜਿਆ ਗਿਆ ਆਪਸ਼ਨ ਐੜਾ ਬੱਚਿਓ ਇਹ ਸੀ ਤੁਹਾਡਾ ਇਸ ਅੱਜ ਦੀ ਨੈਸ ਵਿਆਸ਼ੀਰ ਦਾ ਪਾਗ ਨੰਬਰ 2 ਆਸ ਕਰਦਾ ਹਾਂ ਕਿ ਤੁਸੀਂ ਇਸ ਵਿੱਚੋਂ ਕੁਝ ਨਾ ਕੁਝ ਸਿੱਖੋਗੇ ਤੇ ਇਸ ਨੂੰ ਰਿਵਾਈਜ਼ ਵੀ ਕਰੋਗੇ ਥੈਂਕ ਯੂ ਬੇਟਾ ਜੀ